ਹਰਿਆਣੇ ਤੋਂ ਵੀ ਪੁੱਜ ਰਹੇ ਆ ਕਮੈਂਟੇਟਰ ਖੇਡਣ ਦੇ ਲਈ, ਨਾਂ ਲਿਖਾ ਦੇਣ। ਇੱਧਰ ਸਾਡੇ ਐਂਟਰੀ ਕਾਊਂਟਰ ਦੀ ਜਿਹੜੀ ਟਰਾਲੀ ਆ, ਸਾਡੇ ਵੀਰ ਬੈਠੇ ਸਤਿਕਾਰਯੋਗ, ਇਹਨਾਂ ਕੋਲੇ ਆਪਣੇ ਨਾਂ ਲਿਖਵਾਈ ਜਾਣ। ਸਤਪਾਲ ਹੇਰ ਹੁਣੀ ਪੁੱਜੇ ਆ ਲੁਧਿਆਣੇ ਤੋਂ, ਨਾਲ ਲੱਕੀ ਟੱਟਾਂ ਵਾਲਾ, ਉਧਰ ਲਹਿਰੇ ਤੋਂ ਲੱਕੀ ਹੁਣੀ ਪੁੱਜ ਰਹੇ ਬਠਿੰਡੇ ਦੇ ਏਰੀਏ ਚੋਂ। ਇੱਧਰ ਸਾਡੇ ਛਿਪਦੇ ਪਾਸੇ ਵਾਲੇ ਪਾਸੇ ਟਰਾਲੀ ਤੇ ਹਰਦਿਆਲ ਸਿੰਘ ਚੰਦਪੁਰਾਣਾ, ਰੇਸ਼ਮ ਸਿੰਘ ਤੇ ਨਛੱਤਰ ਸਿੰਘ ਚੰਦਪੁਰਾਣਾ, ਇਹ ਸਾਡੇ ਤਿੰਨ ਪ੍ਰਬੰਧਕ ਬੈਠੇ ਨੇ, ਉਹਨਾਂ ਕੋਲੇ ਨਾਂ ਨੋਟ ਕਰਵਾ ਦਿਓ ਜੀ। ਜੋ ਜੋ ਵੀ ਕਮੈਂਟੇਟਰ ਪਹੁੰਚੇ ਹੈ, ਅਸੀਂ ਉਹਨਾਂ ਦੀਆਂ ਦੋ ਟੀਮਾਂ ਬਣਾ ਕੇ ਸ਼ੋ ਮੈਚ ਕਰਾਉਣਾ ਹੈ। ਹੁਣ ਤੱਕ ਇਹੀ ਦੂਸਰੀਆਂ ਟੀਮਾਂ ਨੂੰ ਦਾ ਮੈਚ ਕਰਵਾਉਂਦੇ ਆ ਰਹੇ ਹੈ, ਅੱਜ ਆਪਾਂ ਇਹਨਾਂ ਦੇ ਮੈਚ ਦੇਖਣਾ। ਸੋ ਦੇਖਦੇ ਹਾਂ ਵੀ ਇਹ ਸ਼ੇਰੋ ਸ਼ੇਰੇ ਵਿੱਚ ਹੀ ਮੱਲਾ ਮਾਰਨ ਵਾਲੇ ਆ ਕਿ ਕਬੱਡੀ ਵਿੱਚ ਵੀ। ਡਾਕਟਰ ਸਾਹਿਬ, ਵੈਸੇ ਤਾਂ ਤੁਸੀਂ ਵੀ ਉਸੇ ਕੈਟਾਗਰੀ 'ਚ ਆਉਂਦੇ ਹੋ, ਸਾਡੇ ਭਰਾ ਹੀ ਹੋ, ਮੈਂ ਤਾਂ ਕਹਿੰਦਾ ਤੁਸੀਂ ਵੀ ਲਾ ਲਓ ਲੀੜੇ ਅੱਜ, ਦੇਖੀ ਜਾਓ। ਜੇ ਕੈਟਾਗਰੀ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਇਹ ਤਾਂ ਟਰੱਕਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ। ਮਾਣੂਕੇ ਗਿੱਲ ਤੇ ਸਿੰਘਾਂ ਵਾਲਾ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ, ਕਿਉਂਕਿ ਉਹ ਤੋਂ ਬਾਅਦ ਫਿਰ ਇੱਕ ਆਪਾਂ ਜਿਹੜਾ ਕਬੱਡੀ ਓਪਨ ਦਾ ਫਾਈਨਲ ਕਰਾਉਣਾ ਹੈ, ਚੀਮਾਂ ਜੋਧਪੁਰ ਵਰਸ ਚੰਦਪੁਰਾਣਾ, ਉਸ ਤੋਂ ਬਾਅਦ ਫਿਰ ਪੰਜਾਬ ਦੀਆਂ ਜਿਹੜੀਆਂ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਾਏ ਜਾਣੇ ਹੈ। ਜਿੰਨੇ ਵੀ ਕਬੱਡੀ ਦੇ ਕਮੈਂਟੇਟਰ ਪੁੱਜ ਰਹੇ ਆ, ਸਾਰੇ ਵੀਰਾਂ ਨੂੰ ਸਾਡੀ ਬੇਨਤੀ ਆ ਵੀ ਇੱਧਰ ਸਟੇਜ ਦੇ ਖੱਬੇ ਹੱਥ ਸਰਦਾਰ ਹਰਦਿਆਲ ਸਿੰਘ ਜੀ ਹੁਣੀ ਬੈਠੇ ਆ, ਉਹਨਾਂ ਕੋਲੇ ਆ ਕੇ ਆਪੋ ਆਪਣੇ ਨਾਂ ਲਿਖਵਾ ਦੇਣ। ਜਿੰਨੇ ਵੀ ਕਬੱਡੀ ਦੇ ਜਿਹੜੇ ਬੁਲਾਰੇ ਪੁੱਜ ਰਹੇ, ਕਾਫੀ ਪੁੱਜ ਗਏ ਆ, ਕਿਉਂਕਿ 7-8 ਤਾਂ ਅਸੀਂ ਵੈਸੇ ਹੀ ਹੋ ਜਾਂਦੇ ਹਾਂ ਹਰ ਟੂਰਨਾਮੈਂਟ ਤੇ, ਤੇ ਬਾਕੀ ਅੱਜ ਤਾਂ ਮੈਚ ਆ, ਤੇ ਅੱਜ ਤਾਂ ਮੇਰਾ ਖਿਆਲ ਆ 25-30 ਤੋਂ ਜਗਦੇਵ ਬਰਾੜ ਦੀ ਗੱਲ ਟੱਪ ਜਾਣੀ ਆ। ਮੁਬਾਰਕਬਾਦ ਆ ਜਗਦੇਵ ਬਰਾੜ ਉਹਨਾਂ ਨੂੰ ਵੀ, ਜਿਹੜੀ ਮਾਣ ਸਨਮਾਨ ਅੱਜ ਮੋਟਰਸਾਈਕਲ ਦੇ ਨਾਲ ਹੋਣੇ ਆ। ਬਾਬਾ ਜੀ ਤੋਂ ਜਿਹੜੇ ਵੱਖਰੇ ਵੱਖਰੇ ਇਹ ਖਿਡਾਰੀਆਂ ਦੇ ਲਈ ਇੱਕ ਤੋਹਫੇ ਦਿੱਤੇ ਜਾਂਦੇ ਆ, ਅੱਜ ਜਿਹੜਾ ਕਬੱਡੀ ਦੇ ਕਮੈਂਟੇਟਰਾਂ ਦਾ ਪਹਿਲੀ ਵਾਰ ਆ ਜਿਹੜਾ ਪੰਜਾਬ ਦੇ ਖੇਡ ਮੇਲਿਆਂ ਦੇ ਵਿੱਚ ਜਿਹੜਾ ਮੈਚ ਖੇਡਿਆ ਜਾਣਾ, ਅੱਜ ਕਮੈਂਟੇਟਰ ਵੀ ਪਲੇਅਰਾਂ ਵਾਲੇ ਰੂਪ ਦੇ ਵਿੱਚ ਪੁੱਜ ਰਹੇ ਆ, ਬਿਲਕੁਲ ਉਹਨਾਂ ਡਰੈਸਾਂ ਦੇ ਵਿੱਚ। ਸੋ ਇੱਧਰ ਸਾਡੇ ਸੁਖਰਾਜ ਹੁਣੀ ਪੁੱਜ ਗਏ ਆ, ਹੈਲੋ ਬਿੱਟੂ ਸੈਦੋ ਹੁਣੀ। 75 ਕਿਲੋ ਵਰਗ ਦੀਆਂ ਟੀਮਾਂ ਨੂੰ ਬੇਨਤੀ ਹੈ ਜੀ ਸਾਡੀ, ਕਿਤੇ ਨਜ਼ਰ ਨਹੀਂ ਆ ਰਹੇ ਸਿੰਘਾਂ ਵਾਲਾ ਤੇ ਮਾਣੂਕੇ ਗਿੱਲ। ਜੋ ਅੱਜ ਦੇ ਕੈਂਪ ਵਿੱਚ ਸਾਡੇ ਕਾਰਪੋਰੇਟ ਹਸਪਤਾਲ ਤੋਂ ਹੱਡੀਆਂ ਦੇ ਮਾਹਰ ਡਾਕਟਰ ਡਾਕਟਰ ਰਜਿੰਦਰ ਰਾਜਨ MS ਆਰਥੋ ਪਹੁੰਚ ਚੁੱਕੇ ਹਨ। ਸੋ ਕਿਰਪਾ ਕਰਕੇ ਉਹਨਾਂ ਕੋਲੋਂ ਤੁਸੀਂ ਆਪਣਾ ਚੈੱਕਅਪ ਕਰਵਾ ਸਕਦੇ ਹੋ, ਜਿਨ੍ਹਾਂ ਨੇ ਪਰਚੀਆਂ ਬਣਾ ਲਈਆਂ ਜਾਂ ਨਹੀਂ ਅਜੇ ਪਹੁੰਚੇ ਤਾਂ ਆਪਣੀਆਂ ਆਪਣੀਆਂ ਪਰਚੀਆਂ ਬਣਵਾ ਲਓ ਜੀ। ਇੱਧਰ ਆਪਣੇ ਚੰਦ ਪੁਰਾਣੇ ਵਾਲੇ ਨੂੰ ਆਉਂਦੇ ਪਰ ਇਹ ਬੁਲਟ ਦਿੱਤਾ ਜਾਣਾ ਹੈ। ਸਰਦਾਰ ਨਿਰਭੈ ਸਿੰਘ ਜੀ ਵਿਦੇਸ਼ਾ, ਨਛੱਤਰ ਸਿੰਘ ਜੀ ਵਿਦੇਸ਼ਾ, ਮਨਪ੍ਰੀਤ ਸਿੰਘ ਜੀ ਵਿਦੇਸ਼ਾ, ਸਰਦਾਰ ਗਿਆਨ ਸਿੰਘ ਜੀ ਜੌਲ, ਇਹਨਾਂ ਮਾਣਯੋਗ ਸ਼ਖਸੀਅਤਾਂ ਵੱਲੋਂ ਆਉਂਦੇ ਪਰ ਕਬੱਡੀ 75 ਕਿਲੋ ਦੇ ਓਪਨ ਦੇ ਵਿੱਚ ਜਿਹੜਾ ਮੁੰਡਾ ਚੰਦ ਪੁਰਾਣੇ ਵਾਲਾ ਆਪਣਾ ਅੱਜ ਕੱਲ੍ਹ ਚੋਟੀ ਦੇ ਧਾਵੇ ਬੋਲਦਾ, ਉਹਦਾ ਆਉਂਦੇ ਪਰੇ 2017 ਦੇ ਇਸੇ ਖੇਡ ਮੇਲੇ ਤੇ ਬੁਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਕੀਤਾ ਜਾਵੇਗਾ। ਸੋ ਕਬੱਡੀ ਦੇ ਬੁਲਾਰੇ ਜਿੰਨੇ ਪੁੱਜ ਰਹੇ ਆ ਸਟੇਜ ਦੇ ਖੱਬੇ ਹੱਥ ਟਰਾਲੀ ਦੇ, ਆਪਣੇ ਨਾਂ ਜ਼ਰੂਰ ਲਿਖਾਈ ਜਾਣ, ਕਿਉਂਕਿ ਆਪਾਂ ਜਿਹੜੇ ਦੋ ਮੈਚਾਂ ਤੋਂ ਬਾਅਦ ਫਿਰ ਸ਼ੋ ਮੈਚ ਆ ਉਹ ਵੀ ਆਪਾਂ ਕਰਵਾ ਦੇਣਾ। ਅਮਨ ਲੋਪੋ ਵੀ ਪੁੱਜ ਗਿਆ ਸਾਡਾ ਯਾਰ, ਪ੍ਰਸਿੱਧ ਬੁਲਾਰਾ ਕਬੱਡੀ ਦਾ, ਛੋਟਾ ਅਮਨੇ ਦੇ ਨਾਂ ਨਾਲ ਜਾਣਿਆ ਜਾਂਦਾ, ਛੋਟਾ ਅਮਨ ਲੋਪੋ ਵਾਲਾ, ਇਹਨਾਂ ਨੇ ਵੀ ਅੱਜ ਜ਼ੋਰ ਦਿਖਾਉਣੇ ਆ। ਨਾਲ ਹੀ ਵੱਡਾ ਅਮਨ ਲੋਪੋ ਵਾਲਾ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ, ਮਾਣੂਕੇ ਗਿੱਲ ਤੇ ਸਿੰਘਾਂ ਵਾਲਾ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ। ਲੋਪੋ ਵਾਲੇ ਦਾ ਵੀ ਅੱਜ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਣਾ ਮੋਟਰਸਾਈਕਲ ਦੇ ਨਾਲ, ਲੱਖ ਲੱਖ ਮੁਬਾਰਕਬਾਦ ਹੈ। ਅਮਣਿਆ ਖੇਡਣਾ ਵੀ ਪੈਣਾ ਅੱਜ, ਕਹਿੰਦੇ ਜਾਉਂਦਾ ਰਹਿ, ਵਾਹ ਦੋਨਾਂ ਨੇ ਖੇਡਣਗੇ ਬਾਬਾ ਜੀ, ਬੇਫਿਕਰ ਰਹੋ। ਬਾਬਾ ਜੀ ਨੂੰ ਇੱਕ ਬੇਨਤੀ ਹੈ ਸਾਡੇ ਵੱਲੋਂ, ਬਾਬਾ ਜੀ ਆਉਂਦੇ ਵਰੇ ਸਾਡਾ ਹੈਲੀਕਾਪਟਰਾਂ ਦਾ ਵੀ ਇੱਕ ਮੈਚ ਰਖਾ ਦਿਓ, ਜਿਹਦੇ ਚ ਅਮਰੀਕ ਖੋਸਾ ਕੋਟਲਾ, ਮੈਂ ਸੁੱਖਾ ਕੜਿਆਲ, ਕੀਤਾ ਬਾਰੇ ਵਾਲਾ, ਹੋਰ ਵੀ ਦੋ ਚਾਰ ਅਸੀਂ ਲੱਭ ਲਾਂਗੇ ਆਪਦੇ ਵਰਗੇ, ਸਾਡਾ ਵੀ ਰਖਾ ਦਿਓ ਆਉਂਦੇ ਸਾਲ। ਮਾਣੂਕੇ ਗਿੱਲ ਤੇ ਸਿੰਘਾਂ ਵਾਲਾ
जल्दी दे नाल ग्राउंडा वाल पुजन माणूके गिल ते सिंघा वाला जिन्ने भी दर्शक वीर पुज रहे ने सारे धन्नवाद है बाबा जी उन्हां वल्लों और असीं अपने वल्लों नाल ही जिन्नियां भी माणयोग शख्सीयतां स्टेज ते विराजमान ने सारिआं दा तहि दिलों धन्नवाद करदे हां। ग्लोबल सिक्योरिटी वाले सरदार बलदेव सिंह जी हुणी बड़े माण भी करते हैं, धन्नवाद है उन्हां दा भी आए बरे जिहड़ियां वड्डियां सेवावां उधर साडे वीर जिहड़ा पार्किंग दे विच पप्पू हुणां दीआं ड्यूटियां ने पप्पू हुणी सिक्योरिटी जिहड़ी पार्किंग दे विच आ उन्हां दा भी धन्नवाद है। इधर कबड्डी 365.com वाले सेवक हुणां दा प्रदीप टैणे हुणां दा भी धन्नवाद है। जिन्ने भी वीर जिहड़े अज विदेशां दे विच लाइव कर रहे ने दुनिया के कोने कोने दे विच अज दे इस चंद पुराणे दे खेड मेले नूं तुसीं आपो अपने घरां दे विच फोन करके भी दस सकते हो। जिहड़ा ये खेड मेला 132 नंबर चैनल ते जिहड़ा चलेगा फास्टवे केबल ते 132 नंबर ते यह जिहड़ा खेड मेला अज दिखाया जाएगा आपो अपने घरां दे विच भी तुसीं फोन करके दस सकते हो, क्योंकि जिहड़े कई बार बजुर्ग बैठे होंगे घरां च जां कोई वीर नहीं आ सकता वह इन्हां मैचां नूं फिर जिहड़ा घर बैठे टक सकते हैं। सो माणूके गिल ते सिंघा वाला जल्दी दे नाल ग्राउंडा वल पुजण, नाल ही जिन्हें भी कमेंटेटर ने खेडना उस स्टेज के खब्बे हाथ ना जरूर लिखा देन ट्राली से, क्योंकि ना जेड़ा जरूरी है वो हिसाब राही फिर जिहड़ियां टीमां बनाईयां जाणियां ते फिर मुकाबला तकरीबन दो मैचों तो बाद शुरू करवा देना है। और माणूके गिल ते सिंघा वाले नूं साडा सद्दा जल्दी दे नाल ग्राउंडा वल पुजण। लो जी दो टीमां बनियां, कहिंदे संत बाबा निछत्र सिंह जी टीम चंद पुराणा जिहड़ी बाबा जी दे नां ते टीम होवेगी, संत बाबा निछत्र सिंह जी यादगारी क्लब चंद पुराणा ते संत बाबा दरबारा सिंह जी लोपो क्लब होवेगी। कबड्डी दे कमेंटेटरां दीआं टीमां जिहड़ियां होणगीआं संत बाबा निछत्र सिंह जी यादगारी कबड्डी क्लब चंद पुराणा ते बाबा दरबारा सिंह जी कबड्डी क्लब लोपो। हाँ जी कबड्डी दे बुलारियां नूं बेनती है जी अपना अपना नां लिखा दिओ ते नाल ही 200-200 रुपया एंट्री फीस है एक खिडारी दी। अगे थोड़े तो थोनू दिने हैं ते आज लेने हैं थोड़े तो पैसे, सारा कुछ उल्ट चलूगा। माणूके गिल ते सिंघा वाला इधर साढ़े डॉक्टर बलदेव सिंह जी उन्हां दा भी मैं धन्नवाद करदा। आए बरे वड्डियां जिहड़ियां जिम्मेवारियां हुंदियां ने स्टेज तो जिन्नियां भी जिहड़ा शेड्यूल हुंदा सारा ਉਹ ਡਾਕਟਰ ਬਲਦੇਵ ਸਿੰਘ ਜੀ ਹੁਣੀ ਸਟੇਜ ਤੋਂ ਕਾਰਵਾਈਆਂ ਕਰਦੇ ਨੇ ਮਾਈਕ ਤੋਂ, ਉਹਨਾਂ ਦਾ ਵੀ ਧੰਨਵਾਦ ਆ। ਔਰ ਇਧਰ ਮਾਣੂਕੇ ਗਿੱਲ ਤੇ ਸਿੰਘਾ ਵਾਲਾ ਜਲਦੀ ਦੇ ਨਾਲ ਗਰਾਊਂਡਾਂ ਵੱਲ ਪੁੱਜਣ। ਮਾਣੂਕੇ ਗਿੱਲ ਤੇ ਸਿੰਘਾ ਵਾਲਾ ਕਬੱਡੀ 75 ਕਿਲੋ ਦਾ ਜਿਹੜਾ ਸੈਮੀਫਾਈਨਲ ਮੈਚ ਖੇਡਿਆ ਜਾਣਾ, ਨਾਲ ਹੀ ਅੱਜ ਇੱਕ ਫਾਈਨਲ ਦਰਸ਼ਕ ਵੀਰੋ ਤੁਹਾਨੂੰ ਦਿਖਾਇਆ ਜਾਣਾ ਕਬੱਡੀ ਓਪਨ ਦਾ। ਮੇਜ਼ਬਾਨ ਟੀਮ ਚੰਦ ਪੁਰਾਣਾ ਵਰਸ ਜੋਧਪੁਰ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਚੋਟੀ ਦਾ ਫਾਈਨਲ ਮੁਕਾਬਲਾ ਹੋਵੇਗਾ। ਹਾਂਜੀ ਇਹ ਸਿੰਘਾਂ ਵਾਲਾ ਹੈ ਕਿ ਮਾਣੂਕੇ ਗਿੱਲ ਹੈ? ਸਿੰਘਾਂ ਵਾਲਾ, ਹਾਂਜੀ ਸਿੰਘਾਂ ਵਾਲਾ ਟੀਮ ਪਹੁੰਚ ਚੁੱਕੀ ਹੈ ਜੀ। ਮਾਣੂਕੇ ਗਿੱਲ ਨੂੰ ਸਾਡੀ ਬੇਨਤੀ ਹੈ ਤੇ ਨਾਲ ਹੀ ਪੁਆਇੰਟਾਂ ਵਾਲੀ ਸਾਡੀ ਟੀਮ ਸਾਬਕਾ ਸਰਪੰਚ ਭਗਵਾਨ ਸਿੰਘ, ਗੁਰਮੀਤ ਸਿੰਘ ਸੂਬੇਦਾਰ ਤੇ ਉਹਨਾਂ ਦੇ ਨਾਲ ਨਛੱਤਰ ਸਿੰਘ ਗੱਗੀ ਆਪਣੀ ਆਪਣੀ ਡਿਊਟੀ ਪੁਆਇੰਟਾਂ ਦੀ ਨਿਭਾਉਣ ਜੀ। जिथे जिथे ड्यूटियां लाइया गई अज ग्राउंड विच कोई भी सेवादार नहीं जाऊगा जिन्ना चिर इधरों बाबा जी वालों उन्हां दी ड्यूटी नहीं लगती। सो साथी जिहड़े बुलारे है वह भी ग्राउंड तो बाहर डी तो बाहर जिहड़ी है बाउंड्री लाइन तो बाहर होके कमेंटरी करनगे। सो किसी नूं भी कैमरामैन नूं किसी तरह की कोई दिक्कत ना आए, असी जी आया आखते हैं जिन्हें भी साढ़े मीडिया संबंधित सज्जन पहुंचे है मीडिया नाल तलकत रखते हैं उन्होंने सारियां नूं ही बाबा जी वालों समुची कमेटी वालों जी आया आख्या जाता जी। हेलो 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 हेलो
ਮਾਣੂ ਕੇ ਗਿੱਲ ਤੇ ਸਿੰਘਾਂ ਵਾਲਾ ਹੈਲੋ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣੇ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਾਮ ਵੀ ਚੰਗਾ ਸੀਤਾ ਵੀ ਚੰਗੀ ਕੁਰਾਨ ਵੀ ਚੰਗਾ ਗੀਤਾ ਵੀ ਚੰਗੀ ਚੰਗਿਆਈਆਂ ਦਾ ਕੋਈ ਅੰਤ ਨਹੀਂ ਲੱਖ ਕਿਤਾਬਾਂ ਪੜ ਚੁੱਕਾ ਮੈਂ ਗੁਰੂ ਗ੍ਰੰਥ ਜਿਹਾ ਕੋਈ ਗ੍ਰੰਥ ਨਹੀਂ ਗੁਰੂ ਗ੍ਰੰਥ ਜਿਹਾ ਕੋਈ ਗ੍ਰੰਥ ਨਹੀਂ ਹੈਲੋ ਹਾਂਜੀ ਮਾਣੂ ਕੇ ਗਿੱਲ ਨੂੰ ਸਾਡੀ ਬੇਨਤੀ ਹੈ ਜੀ ਇੱਕ ਦੋ ਮਿੰਟ ਦੇ ਵਿੱਚ ਵਿੱਚ ਹੀ ਜਲਦੀ ਆਓ ਤੇ ਨਾਲ ਹੀ ਚੰਦ ਪ੍ਰਾਣਾ ਹਾਂਜੀ ਤੇ ਚੀਮਾ ਜੋਧਪੁਰ ਨੂੰ ਬੇਨਤੀ ਹੈ ਸਾਡੀ ਓਪਨ ਦਾ ਫਾਈਨਲ ਮੈਚ ਇਹ ਵੀ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਵੇਟਿੰਗ ਬਾਕਸ ਵਿੱਚ ਪਹੁੰਚੋ ਜੀ ਡਾਕਟਰ ਸਾਹਿਬ ਫਾਈਨਲ ਮੈਚ ਕਿਹੜੀ ਕਿਹੜੀ ਟੀਮ ਦਾ ਜੀ ਚੀਮਾ ਜੋਧਪੁਰ ਚੰਦ ਪ੍ਰਾਣਾ ਚੰਦ ਪ੍ਰਾਣਾ ਬਹੁਤ ਤਕੜਾ ਮੈਚ ਹੈ ਸਿੰਘਾਂ ਵਾਲੇ ਦੀ ਟੀਮ ਆ ਗਈ ਤੇ ਮਾਣੂ ਕੇ ਗਿੱਲਾਂ ਦੀ ਟੀਮ ਨੂੰ ਵਾਧੇ ਮਿੰਟ ਦਾ ਸਮਾਂ ਜੀ ਉਧਰ ਦਾ ਸੈਮੀ ਫਾਈਨਲ ਹੈ ਜੀ ਮੱਲੀਆਂ ਵਾਲਾ ਜਿਹੜਾ ਫਾਈਨਲ ਵਿੱਚ ਪਹੁੰਚਿਆ ਹੋਇਆ ਬਹੁਤ ਬਹੁਤ ਧੰਨਵਾਦ ਜੀ ਜਿੱਥੇ ਆਏ ਸਾਲ ਦੀ ਤਰ੍ਹਾਂ ਸੱਚਖੰਡ ਵਾਸੀ ਸ਼ਹੀਦ ਬਾਬਾ ਤੇਗ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸਾਲ ਦੀ ਤਰ੍ਹਾਂ ਸੰਤ ਬਾਬਾ ਨਛੱਤਰ ਸਿੰਘ ਜੀ ਯਾਦਗਾਰੀ ਖੇਡ ਸਟੇਡੀਅਮ ਦੇ ਵਿੱਚ ਆਏ ਸਾਲ ਦਾ ਤਰ੍ਹਾਂ ਜਿਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਹੈਲੋ ਉਹ ਸੱਜਣੋ ਜਿਹੜੇ ਬਾਥਰੂਮ ਕਰਦੇ ਹੋ ਗੁਰਦੁਆਰੇ ਵਾਲੇ ਪਾਸੇ ਅਸੀਂ ਕੋਈ ਅੰਗਰੇਜ਼ੀ ਨਹੀਂ ਬੋਲਦੇ ਕੋਈ ਪਸਤੋ ਨਹੀਂ ਬੋਲਦੇ ਆਹ ਪਰਦਾ ਤੁਹਾਡੇ ਵਾਸਤੇ ਲਾਇਆ ਘੱਟੋ ਘੱਟ ਸਾਡੇ ਕੋਲੋਂ ਸ਼ਰਮ ਕਰ ਲਓ ਹਾਂਜੀ ਜਿਹੜੇ ਸਾਡੇ ਡਾਕਟਰ ਸਾਹਿਬ ਦੱਸ ਰਹੇ ਆ ਠੀਕ ਹੈ ਜੀ ਉਧਰ ਅਸੀਂ ਧੰਨਵਾਦ ਕਰਾਂਗੇ ਕਬੱਡੀ ਦੇ ਮਸੀਹਾ ਸੰਤ ਬਾਬਾ ਗੁਰਦੀਪ ਸਿੰਘ ਜੀ ਜਿਹਨਾਂ ਦੀ ਬਦਾਲਤ ਆਏ ਸਾਲ ਆਪਾਂ ਦੇਖ ਰਹੇ ਪੂਰੇ ਪੰਜਾਬ ਦੇ ਵਿੱਚ ਚਾਹੇ ਗੱਲ ਆਪਣੇ ਇਲਾਕੇ ਦੀ ਜਿੱਥੇ ਵੀ ਕਬੱਡੀ ਦਾ ਟੂਰਨਾਮੈਂਟ ਹੁੰਦਾ ਤਾਂ ਵੱਡੇ ਜਿਹੜੇ ਯੋਗਦਾਨ ਹੁੰਦੇ ਆ ਕਿਤੇ ਡੁਕਰੇ ਘੋੜਿਆਂ ਦੀ ਗੱਲ ਆ ਬੁਲਟ ਮੋਟਰਸਾਈਕਲ ਦੀ ਗੱਲ ਆ ਵੱਡੀ ਫਿਰਤ ਆਪਾਂ ਪੁਰਸ਼ਾਂ ਦੀ ਤੇ ਵੱਡੀ ਫਿਰਤ ਜਿਹੜੀ ਅੱਜ ਕਹਿੰਦੇ ਵੀ ਕਮੈਂਟੇਟਰਾਂ ਦੇ ਮੈਚ ਛੋੜਗੇ ਵੱਖਰਾ ਇਤਿਹਾਸ ਹੋਣਾ ਕਬੱਡੀ ਦਾ ਅਸੀਂ ਧੰਨਵਾਦ ਕਰਾਂਗੇ ਸਾਰੇ ਕਮੈਂਟੇਟਰ ਸਾਰਾ ਕਬੱਡੀ ਪਰਿਵਾਰ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਜਿਨ੍ਹਾਂ ਦੇ ਵੱਡੇ ਯੋਗਦਾਨ ਆ ਵੱਡੇ ਉਪਰਾਲੇ ਆ ਪੰਜਾਬੀਆਂ ਦੀ ਜਿੰਦ ਜਾਨ ਖੇਡ ਦਾ ਅੱਜ ਜਿਹੜਾ ਗੁਲਾਬ ਹੈ ਤੇ 1 ਮਾਰਚ ਦਾ ਬੜਾ ਹੀ ਚਾਵਾਂ ਤੇ ਭਾਗਾਂ ਵਾਲਾ ਦਿਨ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੱਡਾ ਇਕੱਠ ਵੀ ਹੈ ਤੇ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪੀ ਨਿਕਲ ਚੁੱਕੀ ਹੈ ਟੀਮਾਂ ਪੁੱਜ ਰਹੀਆਂ ਹੈ ਤੇ ਮੈਚ ਬੜੇ ਤਕੜੇ ਹੋਣਗੇ ਹਾਂਜੀ ਵੈਲਕਮ ਟੂ ਲਾਈਵ ਆ ਜਿਹੜਾ ਕਬੱਡੀ 365.com ਤੇ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਨਾਲ ਹੀ ਕੇਬਲ ਦੇ ਜ਼ਰੀਏ ਉਧਰ ਸਾਡੇ ਵੀਰ ਰਾਮਪੁਰੇ ਤੋਂ ਗੁਰਪ੍ਰੀਤ ਮਾਨ ਹੋਣੀ ਡਿੱਖ ਪਿੰਡ ਤੋਂ ਉਹ ਵੀ ਜਿਹੜਾ ਇਹਨਾਂ ਮੈਚਾਂ ਦਾ ਨਜ਼ਾਰਾ ਤੱਕ ਰਹੇ ਆ ਜਿਹੜਾ 365.com ਦੇ ਜ਼ਰੀਏ ਇਧਰ ਸਾਡੀ ਜ਼ਿੰਦਗੀ ਦਾ ਮਿੱਤਰ ਜਸਵਿੰਦਰ ਆਸਾ ਬੁੱਟਰ ਕਹਿੰਦੇ ਵਿਸ਼ੇਸ਼ ਮਾਨ ਸਨਮਾਨ ਹੋਣੇ 6 ਤਰੀਕ ਨੂੰ ਖੋਸੇ ਕੋਟਲੇ ਦੀ ਧਰਤੀ ਤੇ ਬੁਲਟ ਦੇ ਨਾਲ ਸਾਡੇ ਦਰਮਿਆਨ ਪੁੱਜੇ ਪ੍ਰਸਿੱਧ ਬੁਲਾਰੇ ਕਬੱਡੀ ਦੇ ਲੈ ਵੀ ਜਸਵਿੰਦਰ ਸਿਆ ਨਾਂ ਲਿਖਾ ਦਿਓ ਕਿਰਾਂ ਦੀ ਜਿਵੇਂ ਜਿਵੇਂ ਪੁੱਜ ਰਹੇ ਹੋ ਸਟੇਜ ਦੇ ਖੱਬੇ ਹੱਥ ਉਧਰ ਗੁਰਪ੍ਰੀਤ ਮਾਨ ਡਿੱਖ ਹੋਣੀ ਡਿੱਖ ਪਿੰਡ ਤੋਂ ਇਹਨਾਂ ਮੈਚਾਂ ਨੂੰ ਲਾਈਵ ਤੱਕ ਰਹੇ ਨੇ ਬਾਬਾ ਜੀ ਹੁਣਾਂ ਨੂੰ ਮੁਬਾਰਕਬਾਦ ਦੀ ਵੀ ਦਿੰਦੇ ਆ ਜਿਹੜਾ ਸ਼ਾਨਦਾਰ ਖੇਡ ਮੇਲੇ ਦੇ ਲਈ ਨਾਲ ਹੀ ਅਵਤਾਰ ਬਰਾੜ ਹੋਣੀ ਹਾਂਗਕਾਂਗ ਤੋਂ ਸਾਰੇ ਹੀ ਦਰਸ਼ਕ ਵੀਰ ਜਿੰਨੇ ਪੁੱਜੇ ਨੇ ਰੱਬ ਰੂਪੀ ਰੂਹਾਂ ਸਾਰਿਆਂ ਨੂੰ ਨਿੱਘੀ ਜੀਓ ਆ ਬਾਬਾ ਜੀ ਹੁਣਾਂ ਵੱਲੋਂ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਪੁੱਜ ਰਹੀਆਂ ਨੇ ਸਾਰਿਆਂ ਨੂੰ ਅਸੀਂ ਨਿੱਘੀ ਜੀਓ ਆ ਕਹਿੰਦੇ ਹਾਂਜੀ ਦਰਸ਼ਕ ਵੀਰੋ ਅਤੇ ਗੁਰੂ ਘਰ ਦੇ ਪ੍ਰੇਮੀ ਜੋ ਸਿੱਖ ਸੰਗਤਾਂ ਇਸ ਗੁਰੂ ਘਰ ਨਾਲ ਪਿਆਰ ਕਰਦੀਆਂ ਨੇ ਉਹਨਾਂ ਦੀ ਜਾਣਕਾਰੀ ਹਿੱਤ ਕਿ 19 ਜੂਨ ਨੂੰ ਸੰਤ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਦੂਜੀ ਬਰਸੀ ਕਨੇਡਾ ਵਿੱਚ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਜੀ ਐਪਟਸਫੋਰਡ ਕਨੇਡਾ ਜੋ ਮਨਾਈ ਜਾ ਰਹੀ ਹੈ 19 ਜੂਨ ਨੂੰ ਜੋ ਬਾਬਾ ਜੀ ਦੇ ਸੇਵਕ ਜੋ ਸ਼ਰਧਾਲੂ ਤੁਹਾਡੇ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਜੋ ਵੀ ਕੈਨੇਡਾ ਵਿੱਚ ਵਸ ਰਹੇ ਹੈ ਉਹਨਾਂ ਨੂੰ ਜ਼ਰੂਰ ਸੱਦਾ ਹੈ ਜੀ ਕੈਨੇਡਾ ਵਿੱਚ ਜੋ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਾਹਿਬ ਜੀ ਐਪਟਸਫੋਰਡ ਕੈਨੇਡਾ ਉਹਨਾਂ ਜੀ ਦੇ ਬਾਬਾ ਜੀ ਦੇ ਪਰਮ ਸੇਵਕ ਗੁਰਪ੍ਰੀਤ ਸਿੰਘ ਜੀ ਗੋਗੀ ਕੈਨੇਡਾ
बलवंत सिंह जी काका कनेडा चंद प्राणियों वालों बड़ी श्रद्धा नाल 19 जून नूं इह दूजी बरसी मनाई जा रही है। संत महापुरश सचखंड वासी संत बाबा नछत्र सिंह जी की याद नूं ताजा किया जा रहा है। जो जो भी संपर्क करना चाहते हो वो मैंबर एक नंबर सानू आए हुए हैं, दो उन्हां नाल तुसी अपने रिश्तेदार अपने परिवारक मैंबरां नूं ये नंबर दे सकते हो ताकि महापुरशां दी याद नूं ताजा किया जाए। तुसी भी उस बरसी विच हमा के पहुंच सकते हो। नंबर नोट करो जी, 001-604-832-8386। ये गुरप्रीत सिंह गोगी कनेडा का नंबर है। अगला नंबर 001-604-615-6242। जो बलवंत सिंह काका चंदप्राणा वासी कनेडा का यह नंबर है। सो सारियां नूं ही हार्दिक सद्दा है, जिन्ने भी तुहाडे रिश्तेदार सज्जण मित्र कनेडा विच वसे है उन्हां नूं इस बरसी संबंधी बेनती करियो जी। निर्मल लंघियाणा जिथे भी आवाज नूं सुणदा ग्राउंड च आवे, लाइनमैन दीआं सेवावां लैणियां सी। निर्मल लंघियाणा जां जे ये नंबर ना संपर्क हो सके तो बाबा जी दे नाल संपर्क कर सकते हो, बाबा गुरदीप सिंह जी नाल, जिन्हों का नंबर 98-147-41-305 98-148-41-305 बाबा जी नाल संपर्क कर सकते हो ताकि महापुरशों की याद नूं असी सच्ची ते सुची श्रद्धांजलि दे सकीए। वाहेगुरु जी का खालसा, वाहेगुरु जी की फतेह। बहुत बहुत धन्यवाद डॉक्टर बलदेव सिंह जी। इधर माणू के गिल ते सिंघां वाले का जिहड़ा मुकाबला कुछ पलां दे विच शुरू होण जा रहा, माणू के गिल ते सिंघां वाला, जिन्नियां भी माणयोग ते सत्कारयोग शख्सियतां साडे दरम्यान पुज रही ने, सारयां नूं असीं बाबा जी उहनां वल्लों अपने वल्लों निघी जीओ आया सलामे मुहब्बत वेलकम आखदे इत्थे पुज्जण ते। इधर पॉइंटां दीआं सेवावां दे लई सरदार गुरबीर सिंह जी फौजी हुणी, सरदार भगवान सिंह जी साबका सरपंच, नाल सरदार नछत्र सिंह जी हुणी, इहनां दा वी धन्नवाद है। कल तों लै के जिहड़ियां वड्डियां जिम्मेवारियां इहनां दीआं, उधर सरदार रेशम सिंह जी उहनां दा वी धन्नवाद अपने साथियों के नाल, एंट्री बॉक्स वाली जिहड़ी ट्राली ते, इहनां दीआं वी कल तों वड्डियां जिम्मेवारियां। जिन्ने भी कबड्डी दे बुलारे पुज रहे सब आपो अपने नाम लिखवाई चलो। सुरिंदर चूड चक होनी पुज गए आ, नाल अमन लोपो होनी पुजे आ, जसविंदर आसा बुटर वाला, जिन्हें भी साढ़े वीर होर पुज रहे हैं, बूटे होना ने भी ना जिहड़े लिखाते लै बूटे अज लग जाना पता, प्लेयरां ते बड़े कमेंट कसदे हुंदे आ आपां, अज लगना पता भी की बैंगणी उगड़दी है। हाँ जी, दोनों टीम लाइन अप हो जाए, माणू के गिल वर्सेज सिंघां वाले का पहला मैच अज दे दिंदा। मैं बेनती करा साढ़े जिन्ने पतवंते सज्जण है फ्रंट लाइन से, उन्हां नूं बेनती है बाबा जी दे नाल टीमां दी जान पहचान करनगे, मुलाकात करनगे ते एक यादगारी फोटो होवेगी। हां जी, संत बाबा गुरदीप सिंह जी नाल उन्हां दे सारी संगत खिडारियों दे नाल जान पहचान करन दे लई ग्राउंड दे विच आउणगे, नाल उन्हां दे सारी गुरुद्वारा प्रबंधक कमेटी सारी संगत दा बहुत बहुत धन्नवाद है। हैलो, इस साउंड वाले वीर नूं बेनती है वी इस माइक की आवाज घट है। हाँ जी बापू जी, उधरले जिहड़ा कटलस उहदी वॉल्यूम थोड़ी जी होर कर दो जी, गब्बर साउंड उभरी ना बापू करनैल सिंह जी, बड़ी प्यारी साउंड है, बहुत बहुत धन्यवाद बापू जी, उधरली आवाज खोल दो जी। हैलो, हाँ जी लाइन अप कर लो जी, ठीक है जी, ठीक है आवाज। दोनों टीम जिहड़ियां लाइन अप हो जाण, माणू के गिल ते सिंघां वाले की टीम का अज दे दिन का जिहड़ा पहला मुकाबला है, ते पूरी दुनिया भर के लाइव जिहड़ा टैलीकास्ट हो रहा www.kabaddi365.com राही, साढ़े जिन्हें भी प्रवासी वीर जुड़ बैठे इस कबड्डी के महाकुंभ के नाल, सारे वीरों का बहुत बहुत धन्यवाद है। हैलो, चलते मैच में चीमा जोधपुर ते चंद प्राणा ओपन टीमों नूं बेनती है, साडी फाइनल मैच है, चलते मैच के टीम वेटिंग बॉक्स में पहुंचने की कृपालता करो जी। नाल ही मेरी बेनती है इधर जो साढ़े
बुलारियां दे नाम दर्ज कर रहे हैं, थोड़ी जी जानकारी दे दो किन्ने खिडारी पहुंच गए जी तुहाडे कोले? सारे कमेंटेटर अपने जिहड़े नाम दर्ज करवा दे साडी प्रबंधकी कमेटी कोल, दस दस बुलारियां ने नाम लिखा दिते है, होर भी कोई बुलारा पहुंचा होया है, कोई भी किसी भी जिले चो पंजाब चो पहुंचा होया है तां ओह साडे कोले नाम दर्ज करवा दिओ तां कि उहनां दा शो मैच जल्दी तो जल्दी करवाया जा सके। चंद प्राणा ते चीमा जोधपुर नूं साडी बेनती है जी, चलदे मैच विच वेटिंग बॉक्स विच पहुंचण दी कृपालता करो जी। हां जी, दोनों टीमां जिहड़ियां लाइन अप हो जाणा, संतबा पुरश संत बाबा गुरदीप सिंह जी जिन्हां दी वड्डी देर आ बा खेड कबड्डी नूं, सारे कमेंटेटर जानदे जिथे भी पंजाब दे विच कबड्डी दा टूरनामेंट हुंदा ते बाबा जी वध चढ़ के पहुंचदे वड्डा सहयोग दिंदे आ, असीं धन्नवाद करांगे बा पुरशां दा, संत बाबा गुरदीप सिंह जी वड्डी देर कबड्डी नूं जोरदार ताड़ियां मार दो भाई बाबा जी दे लई, क्योंकि कबड्डी दे कमेंटेटरां दे भी जिहड़े वड्डे अज मुकाबला इस धरती से करवाया जाना है वड्डी पिरता महापुरशां दी, असीं धन्नवाद करांगे महापुरशां दा वड्डी देर इस खेड कबड्डी नूं आ। दोनों टीमां दे नाल जान पहचान कर रहे हैं, नाल साडी गुरुद्वारा प्रबंधक कमेटी ऑर्गेनाइजर कमेटी का असीं धन्नवाद करांगे, पूजी हुई है सत्कारयोग शख्सियतां दा, इधर जगदेव बराड़ हुंदी साडे वधिया राइटर आ, ते बलराज सिंगला जी पत्रकार मीडिया का बहुत बड़ा नाम है, असी सारे वीरां दा धन्नवाद करांगे इत्थे पुज्जण ते। माणुके गिल ते सिंघा वाला इन्हां दे नाल जान पहचान कर रहे हैं पुरश, नाल साडे डाक्टर साहब जी वड्डियां जिम्मेवारियां सामी बैठे कल तो लैके कबड्डी दे इस महाकुंभ दी आ, असी धन्नवाद करांगे। वड्डे जिहड़े मान सन्मान इन्हां खिडारियां दे लई आए वरे हुंदे ने कि तार हांग कांग विच बैठा देखी जावे मैच किहड़े पिंड किहनूं किन्ने लगदे ने जफे, जलंधर सिद्धू हुणी करदे ने नोटां दी वरखा ते बाबे चंदा वाले किथे किथे वंडी जाण गफे, ते बाबे चंदा वाले किथे किथे वंडी जाण गफे। जिहड़े खिडारियां दे लई वड्डे माना सन्माना दी गल, हर टूरनामेंट तकरीबन मोगे जिले दे जिन्ने भी अनेकां टूरनामेंटां दे विच बाबा जी उहनां दा भरमा जिहड़ा सहयोग हुंदा, जिहड़ा विशेष सहयोग कमेटियां नूं भी दिंदे ने बाबा जी अपने जिहड़ा कर कमलां दे नाल, वड्डे मान सन्मान तकरीबन मोगे जिले दे विच हर टूरनामेंट कमेटियां जिहड़ियां विशेष सहयोग बाबा जी उहनां दा हुंदा, और इन्हां खेडां दे विच जिहड़ा बाबा नछत्र सिंह जी ने पिरत पाई सी उस पिरत नूं बहुत ही वधिया तरीके दे नाल अज वी बाबा जी उहनां ने कई गुणे वधिया बरकरार रख्या होया, बाबा जी दे पाए होए पूरनियां नूं घोड़ियां दीआं पिरतां वी जिहड़ियां इस धरती तों शुरू होईआं ते अज पूरे पंजाब दे विच नुकरे घोड़े दित्ते जांदे आ, सो इस धरती करमां वाली आ। बोले हां जी, जितन वाली टीम दे लई 1000 आ बाबा जी वल्लों ते हारन वाली टीम दे लई 2000 दे जिहड़े मान आ, इह साडे दोनों टीमां नोट कर लैण, वड्डा प्यार सतबा पुरश बाबा गुरदीप सिंह जी कबड्डी दी बड़ी प्यारी कबड्डी नूं उपर चुकण वाली शख्सियत आ, वड्डा धन्नवाद हरी टीम दे लई जिहड़े 2000 दे मान आ, ते जेतू टीम लई 1000 रुपया होवेगा। मेरे नाल मागते सुखचैन बराड़ चोटियों वाला, लो इधरले पासे मैच शुरू हो जा रहा मेरे वीरो, एक मानुके दी टीम आ जिहड़ी नोट कर लो टोल प्लाजे वाली साइड आ फौजी साहब, ते टीम जिहड़ी पुज गई आ बिरद आश्रम वाली साइड ओह सिंघां वाले पिंड दी आ, इधर कांती ताजोकियां वाला भी पुज गया, लै वी कांती सिंह नां लिखा दे ट्राली ते, क्योंकि रामपुरे का एरिया जिहड़े कमेंटेटर पुज रहे ने, सारिआं दा धन्नवाद आ कबड्डी दे बुलारिआं दा, जिहड़ा मैच होणा सारे ही वीरां दा बहुत बहुत धन्नवाद होणा। लो इधरले पासे दर्शक वीरो टीम आ जिहड़ी सिंघां वाले दी आ, चढ़दे वाले पासे सिंघां वाला ते शिवदे वाले पासे माणुके गिल आ, लो धूरकुट पिंड आ बेदरू दा इस वेले नौजवान ने पॉइंट अपनी टीम लई जोड़ दिता, खेड खेडा विचों बाडी जिहनूं आखदे कबड्डी जेड़ी खेडी जांदी ला के पूरा तान मित्रो, कबड्डी भंगड़ा पंजाबीआं दी शान मित्रो, धर्मकोट दे लागे करके कहिंदे वी जलालाबाद पिंड आ इस गभरू दा, लो रीटा जलालाबादिया बहुत तगड़ा पॉइंट अपनी टीम लई जुड़ गया, पूजी हुई संगत दा धन्नवाद कीता जा रहा फाइनल मैच लई
मेरी बेनती है दोनों टीम जिहड़ियां खेड मैदान दे विच आ जाण। मेरे वीर चंदपुराणा ते योधपुर की टीम लाओ कबड्डी मैदान दे विच, कहिंदे वी दोदा ते कौणी प्रसिद्ध है जिले मुक्तसर साहब दे कुलदीप सिंह नाम ते कौणी पिंड है ते गल सुखचैन बराड़ करूगा इस पई हुई कबड्डी दी। इक भांगर दी धरती दा प्रसिद्ध है, इक सद्दोवाल दी धरती दा ते इक आ कुलदीप इस वेले कीपा मेरे वीर पॉइंट लेके हल्का जिहा फुल वर्गा टच ला के वापस परतला होया। उधर धन्नवाद आ पावर पैरा ग्लाइडर वाले साडे पायलट वीर दा सुखचरण सिंह जी निक्का बराड़ हौलदार पंजाब पुलिस श्री मुक्तसर साहब तो पुजे आ जिन्हां ने अज दर्शक वीरां ते जिहड़ा पैराशूट दे नाल जिहड़ा वर्खा करनी आ फुल्लां दी वर्खा होवेगी। और इधर रीटा इस वेले पौंदा होया कबड्डी सिंघां वाले दे विहड़े दे विच देखदा गवांडी पिंड वाला ट्राई करदा पर नहीं डक सकिया ते रेशम सिख सरदार फूले वाली आ सुरताल दे विच बिसल मार के गल करदा कि पॉइंट जिहड़ा धावी दा ਲੈ ਵੀ ਆਲਮ ਵਾਲੀਆ ਪਿੰਡ ਖਾਨ ਨੌਜਵਾਨਾ ਕਰ ਗੱਲ ਇਸ ਗੱਲ ਜਿਸ ਪਿੰਡ ਦਾ ਮੋੜਾ ਜਿਸ ਪਿੰਡ ਦੇ ਸੋਨੀ ਭਲਵਾਨ ਨੂੰ ਨਹੀਂ ਸੱਤੇ ਵਰਗੇ ਪ੍ਰਸਿੱਧ ਆ ਲਓ ਸਾਹਮਣੇ ਤੂਰਕੋਟ ਆ ਬੇਦਰਾ ਇਸ ਲਈ ਮੇਰੇ ਵੀਰੋ ਅਜਾਬ ਸਿੰਘ ਦਾ ਪੁੱਤਰ ਮਾਣੂਕੇ ਵਾਲੇ ਰਿਸ਼ਪਾਲ ਨੇ ਟਰਾਈ ਕੀਤੀ ਆ ਇਧਰ ਆਲਮ ਵਾਲੀ ਲਖਵੀਰ ਦੀ ਲਿਖੀ ਹੋਈ ਬੁੱਕ ਆ ਜਿਹੜੀ ਮੇਰੇ ਵੀਰੋ ਨਵੀਂ ਬੁੱਕ ਤੁਹਾਡੀ ਕਚਹਿਰੀ ਦੇ ਵਿੱਚ ਆ ਗਈ ਆ ਰੇਸ਼ਮ ਲੰਡਿਆਂ ਵਾਲਾ ਇਹ ਸਾਡਾ ਵੀਰ ਗੇੜਾ ਦੇ ਰਿਹਾ 50 ਰੁਪਏ ਰੇਟ ਇਸ ਬੁੱਕ ਦਾ ਆਲਮ ਵਾਲੀ ਲਖਵੀਰ ਸਿੰਘ ਕੋਮਲ ਦੀਆਂ ਕਾਫੀ ਜਿਹੜੀਆਂ ਮੇਰੇ ਵੀਰੋ ਤੁਹਾਡੀ ਕਚਹਿਰੀ ਦੇ ਵਿੱਚ ਬੁੱਕਾਂ ਆਈਆਂ ਤਾਂ ਇਧਰਲੇ ਪਾਸੇ ਤਾਰੂ ਮਾੜੂ ਕੇ ਗਿੱਲਾਂ ਵਾਲਾ ਵਧਿਆ ਹੋਇਆ ਛੋਟੀ ਜੀ ਉਮਰ ਆ ਗਬਰੂ ਦੀ ਲਓ ਖੇਡ ਮੈਦਾਨ ਵਿੱਚ ਜਾਗੀ ਦਾ ਸਿੰਘਾਂ ਵਾਲਾ ਪਿੰਡ ਆ ਇਹ ਵੀ ਗਬਰੂ ਕਹਿੰਦੇ ਤੇ ਕਹਾਉਂਦੇ ਧਾਵੀਆਂ ਨੂੰ ਡੱਕਦਾ ਬਾਕੀ ਗੱਲ ਸਵਾਦ ਵਾਲੀ ਹੈ ਤਾਰੂ ਮਾੜੂ ਕੇ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਅਗਲੇ ਮੈਚਾਂ ਲਈ ਟੀਮਾਂ ਯੋਧਪੁਰ ਤੇ ਚੰਦਪੁਰਾਣਾ ਦੀ ਟੀਮ ਦਾ ਫਾਈਨਲ ਮੁਕਾਬਲਾ ਹੈ ਤੇ ਸਾਰੇ ਕਮੈਂਟੇਟਰ ਆਪਣੇ ਜਿਹੜੇ ਨਾਲ ਖਵਾ ਦੇਣ ਸਾਡੇ ਪ੍ਰਬੰਧਕਾਂ ਦੇ ਕੋਲ ਉਸ ਤੋਂ ਬਾਅਦ ਜਿਹੜਾ ਮੁਕਾਬਲਾ ਕਮੈਂਟੇਟਰ ਵੀਰਾਂ ਦਾ ਹੋਣਾ ਲਓ ਕੁਲਦੀਪ ਸਿੰਘ ਕਾਉੜੀ ਵਾਲਾ ਮੇਰੇ ਵੀਰੋ ਇਸ ਵੇਲੇ ਵਧਿਆ ਹੋਇਆ ਤੇ ਗੱਲ ਸੁਖਚੈਨ ਕਰੂ ਇਸ ਪਾਈ ਹੋਈ ਕਬੱਡੀ ਦੀ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਦੇ ਵਿੱਚੋਂ ਦੇਖਦਾ ਮੁੰਡੇ ਨੇ ਗੱਲ ਕਸੂਤੀ ਕਰਨ ਦੀ ਟਰਾਈ ਕੀਤੀ ਆ ਪਰ ਨਹੀਂ ਡੱਕ ਸਕਿਆ ਕਿ ਖੜੇ ਮਾਰਨ ਥਾਪੀਆਂ ਵੀ ਤੋਚੀ ਲੱਖਾਂ ਜਵਾਰਾ ਲਾਲੀ ਕਿ ਲੋਕੀ ਗੱਲਾਂ ਕਰਨ ਖੜੇ ਤੇ ਧੀਮਾ ਮੰਦਰ ਮੁੜਨ ਨਾ ਖਾਲੀ ਕਿ ਉਹ ਬੈਲੀ ਭੱਜ ਤੁਰਿਆ ਜੀ ਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਰੀਟੇ ਦੀ ਕਬੱਡੀ ਪੈਂਦੀ ਆ। ਇੱਧਰ ਸਾਡੇ ਜਗਦੇਵ ਬਰਾੜ ਜੀ ਮੋਕੇ ਵਾਲੇ ਵੱਡੀਆਂ ਜਿਹੜੀਆਂ ਹੁਣ ਤੱਕ ਮਾਂ ਖੇਡ ਕਬੱਡੀ ਦੀਆਂ ਪ੍ਰਾਪਤੀਆਂ ਨੇ ਅਨੇਕਾਂ ਹੀ ਕਿਤਾਬਾਂ ਜਿਹੜੀਆਂ ਪੰਜਾਬ ਦੇ ਪੁਰਾਣੇ ਤੇ ਨਵੇਂ ਖਿਡਾਰੀਆਂ ਦੇ ਉੱਪਰ ਲਿਖੀਆਂ ਨੇ। ਵੱਡੀ ਡੈਡੀਕੇਸ਼ਨ ਇਸ ਨੌਜਵਾਨ ਦੀ ਕਦੇ ਜਿਹੜਾ ਗਰਾਊਂਡਾਂ ਦੇ ਵਿੱਚ ਜਾ ਕੇ ਇੱਕ ਇੱਕ ਰੇਡ ਨੂੰ ਇੱਕ ਇੱਕ ਜੱਫੇ ਨੂੰ ਜਿਹੜਾ ਦਰਸ਼ਕਾਂ ਤੱਕ ਪਹੁੰਚਾਉਣਾ ਕਿਹੜੇ ਪਿੰਡ ਕਿਹਨੇ ਕਿੰਨੇ ਜੱਫੇ ਲਾਏ ਉਹਨਾਂ ਨੂੰ ਵੀ ਜਿਹੜਾ ਵਿਸ਼ੇਸ਼ ਅੱਜ ਮਾਣ ਸਨਮਾਨ ਇਸ ਧਰਤੀ ਤੇ ਮੋਟਰਸਾਈਕਲ ਦੇ ਨਾਲ ਦਿੱਤੇ ਜਾਣੇ ਆ। ਸੋ ਲੱਖ ਲੱਖ ਮੁਬਾਰਕਬਾਦ ਆ ਬਰਾੜ ਸਾਹਿਬ ਹੋਣਾ ਨੂੰ ਵੀ ਨਿੱਘੀ ਜੀਵਾਂ ਵੀ ਕਹਿੰਦੇ ਆ। ਇੱਧਰ ਪੁਆਇੰਟ ਜਿਹੜਾ ਸਿੰਘਾਂ ਵਾਲੀ ਆ ਚੋਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਤੇ ਰੀਟੇ ਦੀ ਪੈਂਦੀ ਹੋਈ ਕਬੱਡੀ ਦੀ ਗੱਲ ਬੂਟਾ ਆਲਮ ਵਾਲੀ ਆ ਕਰੇਗਾ। ਰੀਟਾ ਇਸੇ ਲਈ ਮੇਰੇ ਵੀਰੋ ਜਲਾਲਾਬਾਦੀ ਆ ਸੋਨੇ ਵਰਗੇ ਸ਼ੇਦੂ ਪ੍ਰਸਿੱਧ ਇਸ ਨਗਰ ਦਾ ਖਿਡਾਰੀ ਆ। ਲਓ ਦੂਸਰੇ ਪਾਸੇ ਨੌਜਵਾਨ ਮੇਰੇ ਵੀਰੋ ਕੋਈ ਗੱਜਣ ਵਾਲੀ ਆ ਆਖਦਾ ਕੋਈ ਸਿੰਘਾਂ ਵਾਲਾ ਆਖਦਾ ਗੋਗਾ ਨਾਮ ਆ ਇਹ ਵੀ ਗੱਭਰੂ ਪ੍ਰਸਿੱਧ ਖਿਡਾਰੀ ਆ ਮੇਰੇ ਵੀਰੋ ਖੇਡ ਕਬੱਡੀ ਦਾ ਰੀਟੇ ਨੇ ਪੁਆਇੰਟ ਆਪਣੀ ਟੀਮ ਲਈ ਜੋੜਿਆ। ਮੇਰੀ ਬੇਨਤੀ ਯੋਧਪੁਰ ਵਰਸਿਜ ਚੰਦਪੁਰਾਣਾ ਜਲਦੀ ਨਾਲ ਫਾਈਨਲ ਮੁਕਾਬਲੇ ਦੀਆਂ ਟੀਮਾਂ ਪੁੱਜਣ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਹੋੜ ਕੇ ਅਕੈਡਮੀਆਂ ਦੇ ਬੈਸਟ ਰੇਡਰ ਜਾਫੀਆਂ ਨੂੰ ਜਿਹੜੇ ਘੋੜੇ ਦਿੱਤੇ ਜਾਣੇ ਆ ਮੇਰੇ ਵੀਰੋ ਪਹਿਲਾ ਨੁਕਰਾ ਘੋੜਾ ਕਹਿੰਦੇ ਵੀ ਤੂਤ ਪਿੰਡ ਦੇ ਗੁਰਜੀਤ ਨੂੰ ਮਹਾਂਪੁਰਸ਼ਾਂ ਨੇ ਇਸ ਖੇਡ ਮੇਲੇ ਤੇ ਦਿੱਤਾ ਉਦੋਂ ਦੀ ਚੱਲਦੀ ਆ ਰਹੀ ਪਰੰਪਰਾ ਅੱਜ ਜਾਰੀ ਆ। ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਡੀਆਂ ਵੱਡੀ ਦੇਣ ਆ ਕਬੱਡੀ ਨੂੰ। ਇਧਰਲੇ ਪਾਸੇ ਮੈਚ ਖੇਡਿਆ ਜਾ ਰਿਹਾ ਖੇਡ ਕਬੱਡੀ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਕਬੱਡੀ ਦੇ ਪ੍ਰੇਮੀ ਪੁੱਜੇ ਕਬੱਡੀ ਦੇ ਆਸ਼ਕ ਹੈ ਕਿਉਂਕਿ ਕਬੱਡੀ ਦਾ ਕਰੇਜ਼ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਪੰਜਾਬੀ ਵਸੇ ਆ ਕਬੱਡੀ ਨੂੰ ਮਨਾਂ ਨੂੰ ਹੀ ਪਿਆਰ ਕਰਦੇ। ਲਓ ਗੱਲ ਇਧਰਲੇ ਪਾਸੇ ਖੇਡ ਕਬੱਡੀ ਦੀ 300 ਹੈਲੋ ਹਾਂਜੀ ਬੇਨਤੀ ਹੈ ਜੀ ਜੋ ਸਾਡੇ ਕੋਲੇ ਕਬੱਡੀ ਦੇ ਬੁਲਾਰੇ ਪਹੁੰਚੇ ਹੈ ਉਹਨਾਂ ਦੇ ਨਾਂ ਇਸ ਤਰ੍ਹਾਂ ਹੈ ਬੂਟਾ ਖਾਨ ਆਲਮ ਵਾਲੇ ਤੋਂ ਹੈਪੀ ਰਾਮਪੁਰਾ ਸਵਰਨਾ ਮੱਲਾ ਪੰਮਾ ਘਾਲੀ ਤਾਰੀ ਹਿੰਮਤਪੁਰਾ ਸਰਨਾ ਤਖਤੂਪੁਰਾ ਸੁਰਿੰਦਰ ਸਿੰਘ ਚੂੜਚੱਕ ਸੰਦੀਪ ਸ਼ਰਮਾ ਸਿੰਘਾਂ ਵਾਲਾ ਜਸਵਿੰਦਰ ਸਿੰਘ ਆਸਾ ਬੁੱਟਰ ਬਿੱਲਾ ਸਿੰਘ ਮਹਿਮੇ ਵਾਲਾ ਕਾਂਤੀ ਤਾਜੋਕੇ ਤੇ ਦਵਿੰਦਰ ਸਿੰਘ ਚੜੈਕ
ਹੋਰ ਵੀ ਕੋਈ ਸਾਡਾ ਕਬੱਡੀ ਦਾ ਬੁਲਾਰਾ ਪਹੁੰਚਿਆ ਹੋਇਆ ਤਾਂ ਉਹ ਸਾਡੀ ਇੱਕ ਟੀਮ ਬੈਠੀ ਹੈ ਤਿੰਨ ਮੈਂਬਰੀ ਉਹਨਾਂ ਕੋਲੇ ਆਪਣਾ ਨਾਂ ਦਰਜ ਕਰਵਾ ਦਿਓ ਜੀ ਤਾਂ ਕਿ ਉਹਨਾਂ ਦਾ ਸ਼ੋਅ ਮੈਚ ਅਸੀਂ ਕਰਵਾਉਣਾ ਹੈ ਜਲਦੀ ਤੋਂ ਜਲਦੀ ਇਹ ਬੇਨਤੀ ਪ੍ਰਵਾਨ ਕਰੋ ਜੀ ਵਾਹ ਇਧਰ ਲੱਗਦਾ ਹੋਇਆ ਐਨ ਜ਼ੋਰ ਦੋਹਾਂ ਨੌਜਵਾਨਾਂ ਦਾ ਤੇ ਰੇਸ਼ਮ ਫੂਲੇ ਵਾਲੀ ਆ ਫੈਸਲੇ ਕਰਦਾ ਕਿ ਪੁਆਇੰਟ ਜਿਹੜਾ ਧਾਵੀ ਦਾ ਸਿੱਖ ਸਰਦਾਰ ਗੱਭਰੂ ਕਿ ਤੀਲੀ ਲੌਂਗ ਦਾ ਮੁਕਦਮਾ ਭਾਰੀ ਬਿਠਾਣੇ ਦਾ ਫੈਸਲਾ ਤੂੰ ਸੋਚ ਕੇ ਕਰੀ ਗੁਰਜੀਤ ਸਿਆ ਅੱਜ ਤਾਂ ਤੂੰ ਵੀ ਪਟਵਾਰੀ ਲੱਗਦਾ ਨੌਜਵਾਨਾਂ ਸਫਾਰੀ ਸੂਟ ਦੇ ਵਿੱਚ ਲੰਘਿਆਣੀਆਂ ਗੁਰਜੀਤ ਸਿੰਘ ਬਾਬਾ ਜੀ ਹੁਣਾਂ ਦਾ ਜਿਹੜਾ ਭਰਵਾਂ ਹੱਥ ਹੈ ਇਸ ਨੌਜਵਾਨ ਦੇ ਸਿਰ ਤੇ ਵੀ ਵੱਡੇ ਅਫੀਸ਼ਲਾਂ ਦੇ ਵਿੱਚ ਨਾ ਮਾਂ ਖੇਡ ਕਬੱਡੀ ਦੇ ਵਿੱਚ ਔਰ ਇਧਰ ਲੱਗਦਾ ਹੋਇਆ ਜਫਾ ਕੁਲਦੀਪ ਦੀ ਕਬੱਡੀ ਆ ਔਰ ਮਾਣੂਕਿਆ ਵਾਲਾ ਕਹਿਰਵਾਨ ਲਓ ਇਧਰਲੇ ਪਾਸੇ ਜੱਗਾ ਮੇਰੇ ਵੀਰੋ ਮਾਣੂਕੇ ਗਿੱਲਾਂ ਵਾਲਾ ਪੁਆਇੰਟ ਆਪਣੀ ਟੀਮ ਲਈ ਜੁੜ ਗਿਆ ਹਾਂਜੀ ਡਾਕਟਰ ਸਾਹਿਬ ਜੀ ਸਾਡੇ ਦਰਮਿਆਨ ਇੱਕ ਵੀਰ ਸਾਡਾ ਬੁੱਕ ਲੈ ਕੇ ਖਿਡਾਰੀਆਂ ਵਾਲ ਪ੍ਰਤੀ ਜਿਹੜੀ ਹੈ ਖੇਡ ਜਗਤ ਦੇ ਹੀਰੇ ਲੈ ਕੇ ਪਹੁੰਚੇ ਹੋਏ ਹੈ ਜਿਸ ਦੇ ਲੇਖਕ ਲਖਵੀਰ ਸਿੰਘ ਕੋਮਲ ਲੰਘਿਆਣੀਆਂ ਹੈ ਸੋ ਉਹ ਦਰਸ਼ਕਾਂ ਦੀ ਕਚਹਿਰੀ ਵਿੱਚ ਗੇੜਾ ਲਾਉਣਗੇ ਲਓ ਇਧਰਲੇ ਪਾਸੇ ਮਾਰੋ ਫੁਰਤਾੜੀ ਪੁਆਇੰਟ ਜਿਹੜਾ ਧਾਵੀ ਦਾ ਫੂਲੇ ਵਾਲੇ ਦੇ ਰੇਸ਼ਮ ਨੇ ਫੈਸਲਾ ਕੀਤਾ ਵੀ ਰੀਟੇ ਜਲਾਲਾਬਾਦੀ ਨੇ ਜੋੜ ਦਿੱਤਾ ਜੇ ਮੈਂ ਦਾ ਸਵਾਦ ਆਇਆ ਤਾਂ ਤਾੜੀ ਖੁੱਲ ਕੇ ਮਾਰ ਦੋ ਇਹ ਪਿਆਰ ਆ ਕਬੱਡੀ ਦਾ ਪਿਆਰ ਆ ਵੱਡੀ ਧੰਨਵਾਦ ਹੈ ਸੰਗਤ ਦਾ ਵੱਡਾ ਧੰਨਵਾਦ ਹੈ ਕਿ ਮੰਜ਼ਿਲ ਉੱਤੇ ਕਦੇ ਨਾ ਪਹੁੰਚਣ ਬਿਨ ਗੁਰੂਆਂ ਤੋਂ ਚੇਲੇ ਖਿਡਾਰੀਆਂ ਬਾਜੇ ਮੈਦਾਨ ਦਾ ਸੋਹਦੇ ਦਰਸ਼ਕਾਂ ਬਾਜੇ ਮੇਲੇ ਕੁਲਦੀਪ ਕੌਣੀ ਦੀ ਧਰਤੀ ਦਾ ਇਸ ਵੇਲੇ ਵਧਿਆ ਹੋਇਆ ਸ਼ਾਟਬਾਜ਼ ਸਰੀਰ ਗਬਰੂ ਦਾ ਪਰ ਉਧਰਲੇ ਪਾਸੇ ਮਾੜੂਕੇ ਵਾਲੇ ਨੇ ਟਰਾਈ ਕੀਤੀ ਆ ਅੱਗ ਕੁਲਦੀਪ ਕੌਣੀ ਵਾਲੇ ਨੇ ਸਿੰਘਾਂ ਵਾਲੇ ਦੀ ਟੀਮ ਲਈ ਜੋੜ ਦਿੱਤਾ ਕੱਲੀ ਕੱਲੀ ਕਬੱਡੀ ਤੇ ਸਵਾਦ ਆਉਂਦਾ ਸਰੂਰ ਚੜਦਾ ਕਿ ਕੋਈ ਮੁੱਲ ਨਹੀਂ ਪੈਂਦਾ ਖਾਲੀ ਕਾਰਤੂਸ ਚੱਲੇ ਦਾ ਲੱਖ ਲੱਖ ਦੀ ਕੌਡੀ ਜਾਂ ਕੱਲੇ ਕੱਲੇ ਦਾ ਲਓ ਮੈਦਾਨ ਵਿੱਚ ਕਬੱਡੀ ਰੀਟੇ ਦੀ ਤੇ ਗੱਲ ਮੇਰੇ ਵੀਰੋ ਸੁਖਚੈਨ ਬਰਾੜ ਕਰਨ ਜਾ ਰਿਹਾ ਵਾਹ ਗੁੰਦਵੇਂ ਜੇ ਸਰੀਰ ਵਾਲਾ ਚੋਬਰ ਇਸ ਵੇਲੇ ਪੁਆਇੰਟ ਲੈ ਕੇ ਰੀਟਾ ਵਾਪਸ ਪਰਤਦਾ ਹੋਇਆ ਚੰਦ ਪੁਰਾਣਾ ਤੇ ਚੀਮਾ ਜੋਧਪੁਰ ਨੂੰ ਸਾਡੀ ਬੇਨਤੀ ਹੈ ਜੀ ਚੰਦ ਪੁਰਾਣਾ ਤੇ ਚੀਮਾ ਜੋਧਪੁਰ ਫਾਈਨਲ ਮੁਕਾਬਲਾ ਕਬੱਡੀ ਓਪਨ ਦਾ ਖੇਡਿਆ ਜਾਣਾ ਹੈ ਚੋਟੀ ਦੀਆਂ ਦੋਨੋਂ ਟੀਮਾਂ ਜਿਹੜੀਆਂ ਚੋਟੀ ਦੇ ਖਿਡਾਰੀ ਦੋਨਾਂ ਟੀਮਾਂ ਦੇ ਵਿੱਚ ਖੇਡਦੇ ਨੇ ਚੰਦ ਪੁਰਾਣਾ ਵਰਸ ਚੀਮਾ ਜੋਧਪੁਰ ਬਰਨਾਲੇ ਦਾ ਏਰੀਆ ਦੋਨੋਂ ਟੀਮਾਂ ਚੱਲਦੇ ਮੈਚ ਦੇ ਦਰਮਿਆਨ ਗਰਾਊਂਡ 'ਚ ਪੁੱਜ ਜਾਣੀਆਂ ਚਾਹੀਦੀਆਂ ਇੱਧਰ ਪੁਆਇੰਟ ਜਿਹੜਾ ਧਾਵੀ ਦਾ ਤੇ ਕਬੱਡੀ ਫਿਰ ਮਾਣੂਕਿਆਂ ਵਾਲੇ ਦੀ ਪੈਂਦੀ ਹੈ ਕਿ ਵਿਹਲੀ ਰੁੱਤੇ ਕਬੱਡੀ ਖਿਡਾਰੀਆਂ ਲਈ ਨਿੱਤ ਆਉਂਦੀ ਹੈ ਨਵੀਂ ਸਵੇਰ ਮੀਆਂ ਸ਼ੌਂਕ ਵੇਖ ਲਓ ਦਰਸ਼ਨੀ ਚੋਪਰਾਂ ਦੇ ਛਾਤੀ ਉੱਤੇ ਖਣਵਾਏ ਨੇ ਸ਼ੇਰ ਮੀਆਂ ਮਾਰਨ ਥਾਪੀਆਂ ਵੇਖ ਵਿਰੋਧੀਆਂ ਨੂੰ ਕੌਡੀ ਖੇਡਦੇ ਮਰਦ ਦਲੇਰ ਮੀਆਂ ਉਹ ਚੋਟੀਆਂ ਵਾਲਿਆ ਵੇਖ ਲੈ ਖੇਡ ਮੈਦਾਨ ਦੇ ਅੰਦਰ ਅੱਜ ਕਿਵੇਂ ਹੁੰਦੇ ਨੇ ਸਾਨਾਂ ਦੇ ਭੇੜ ਮੀਆਂ ਜਦੋਂ ਜਦ ਜਾਰੀ ਦੋਨਾਂ ਖਿਡਾਰੀਆਂ ਦੇ ਦਰਮਿਆਨ ਲੱਗਦਾ ਹੋਇਆ ਜੱਫਾ ਤੇ ਦਰਸ਼ਕਾਂ ਨੂੰ ਸਵਾਦ ਆਉਂਦਾ ਕਬੱਡੀ ਦਾ ਫਿਰ ਤਾੜੀਆਂ ਆਪ ਮੁਹਾਰੇ ਵੱਜਦੀਆਂ ਜਦੋਂ ਵੱਜਦੀਆਂ ਤਾੜੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ ਇਹ ਦੁਨੀਆ ਪੂਜਦੀ ਯੋਧਾ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆ ਦਾ 365.com ਵਾਲੇ ਵੀਰ ਸਾਡੇ ਜਿੱਥੇ ਵੀ ਆਵਾਜ਼ ਨੂੰ ਸੁਣਦੇ ਬਾਬਾ ਜੀ ਦੇ ਨਾਲ ਸੰਪਰਕ ਕਰ ਲੈਣਾ ਕਬੱਡੀ 365.com ਹੈਪੀ ਉਡੀ ਆਰ ਕਹਿੰਦੇ ਪ੍ਰਦੀਪ ਟੈਨ ਉਹਨਾਂ ਦੀ ਕਹਿੰਦੇ ਵੀ ਬਾਡੀ ਮੇਰੇ ਵੀਰੋ ਜਿਹੜੀ ਵੈਬਸਾਈਟ ਹੈ ਕਬੱਡੀ 365.com ਚੀਮਾ ਯੋਧਪੁਰ ਤੇ ਮੇਰੀ ਬੇਨਤੀ ਆ ਚੰਦ ਪੁਰਾਣੇ ਦੀ ਟੀਮ ਨੂੰ